ਬੀਜੇਪੀ ਲੀਡਰਾਂ ਦੇ ਵੱਲੋਂ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਇੱਕ ਪਾਸੇ ਤਾਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੌਰਾ ਵੀ ਸ਼ੁਰੂ ਹੋ ਚੁੱਕਿਆ ਹੈ, ਪੰਜਾਬ ਫੇਰੇ ਤੇ ਪ੍ਰਧਾਨ ਮੰਤਰੀ ਨੇ ਪਟਿਆਲੇ ਦੇ ਵਿੱਚ ਉਹਨਾਂ ਦੀ ਰੈਲੀ, ਉਹਨਾਂ ਦਾ ਰੋਡ ਸ਼ੋਅ ਹੋਵੇਗਾ, ਜਦਕਿ ਦੂਜੇ ਪਾਸੇ ਹੁਣ ਬੀਜੇਪੀ ਲੀਡਰ ਸ਼ਰੇਆਮ ਘੇਰਦੇ ਨਜ਼ਰ ਆ ਰਹੇ ਨੇ ਕਿਸਾਨਾਂ ਨੂੰ। ਤਾਂ ਦੱਸ ਦਈਏ ਕਿ ਕਿਸਾਨਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਟਾਕਰਾ ਇਸ ਤੋਂ ਪਹਿਲਾਂ ਵੀ ਕਰ ਪੈ ਚੁੱਕਿਆ ਆ। ਜਦੋਂ ਵਿਧਾਨ ਸਭਾ ਇਲੈਕਸ਼ਨਸ ਸਨ, ਵਿਧਾਨ ਸਭਾ ਇਲੈਕਸ਼ਨਸ ਦੇ ਕਰੀਬ ਇਹ ਪ੍ਰੋਬਲਮ ਸਾਹਮਣੇ ਆਉਂਦੀ ਹੈ। ਜਦੋਂ ਵਿਧਾਨ ਸਭਾ ਇਲੈਕਸ਼ਨ ਸਨ, ਉਹਨਾਂ ਤੋਂ ਕੁਝ ਦੇਰ ਪਹਿਲਾਂ ਚਰਨਜੀਤ ਸਿੰਘ ਚੰਨੀ ਜਦੋਂ CM ਹੁੰਦੇ ਸਨ, ਉਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਨੇ ਔਰ ਉਸ ਤੋਂ ਬਾਅਦ ਕਿਸਾਨਾਂ ਦੇ ਡਟਵੇਂ ਵਿਰੋਧ ਮਗਰੋਂ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਹੈ। ਉਹ ਉੱਥੇ ਰੁਕਦੇ ਨਹੀਂ, ਜਿਸ ਤੋਂ ਬਾਅਦ ਵਿਵਾਦ ਖਾਸਾ ਪੱਕ ਜਾਂਦਾ। ਉਹ ਵਾਰਦਾਤ ਹਰ ਕਿਸੇ ਨੇ ਦੇਖੀ ਹੈ, ਪਰ ਇਸ ਮਸਲੇ ਨੂੰ ਲੈ ਕੇ ਹੁਣ ਦੁਬਾਰਾ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਇਸ ਤੋਂ ਪਹਿਲਾਂ ਰਵਨੀਤ ਬਿੱਟੂ ਬੜੇ ਹੀ ਤਿੱਖੇ, ਬੜੇ ਹੀ ਗਲਤ ਅੰਦਾਜ਼ ਦੇ ਵਿੱਚ ਕਿਸਾਨਾਂ ਦੀ ਵਿਰੋਧਤਾ ਕਰਦੇ ਸੁਣਾਈ ਦਿੱਤੇ ਸੀ ਲੰਘੇ ਕੱਲ੍ਹ, ਔਰ ਹੁਣ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਿਰੋਧਤਾ ਕਰਦੇ ਨਜ਼ਰ ਆਏ ਨੇ। ਇੱਕ ਪਾਸੇ ਤਾਂ ਇਹ ਸੋਚਿਆ ਜਾ ਰਿਹਾ ਸੀਗਾ ਕਿ ਭਾਜਪਾ ਦੇ ਜਿਹੜੇ ਸੀਨੀਅਰ ਲੀਡਰਸ ਨੇ ਉਹ ਰਵਨੀਤ ਬਿੱਟੂ ਦੇ ਬਿਆਨਾਂ ਤੋਂ ਇਨਕਾਰ ਕਰ ਦੇਣਗੇ, ਮੁਨਕਰ ਨਹੀਂ ਹੋਣਗੇ ਉਹਨਾਂ ਤੋਂ, ਜਾਂ ਉਹਨਾਂ ਦੇ ਨਾਲ ਹਾਮੀ ਨਹੀਂ ਭਰਨਗੇ। ਪਰ ਦੂਜੇ ਪਾਸੇ ਹੁਣ ਵੇਖਣ ਨੂੰ ਮਿਲ ਰਿਹਾ ਕਿ ਭਾਜਪਾ ਲੀਡਰ ਸ਼ਰੇਆਮ ਹੁਣ ਹਾਮੀ ਭਰਦੇ ਨਜ਼ਰ ਆ ਰਹੇ ਨੇ। ਨਾ ਤਾਂ ਉਹਨਾਂ ਨੇ ਰਵਨੀਤ ਬਿੱਟੂ ਦੇ ਦਿੱਤੇ ਬਿਆਨਾਂ ਨੂੰ ਗਲਤ ਠਹਿਰਾਇਆ ਔਰ ਨਾ ਹੀ ਕੁਝ ਹੋਰ, ਜਿਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਉਹ ਰਵਨੀਤ ਬਿੱਟੂ ਦੇ ਦਿੱਤੇ ਬਿਆਨਾਂ ਤੋਂ ਸਹਿਮਤ ਨੇ। ਜ਼ਾਹਿਰ ਤੌਰ ਦੇ ਉੱਤੇ ਭਾਜਪਾ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਔਰ ਜੋ ਸਭ ਤੋਂ ਵੱਡਾ ਅੜਚਨ ਭਾਜਪਾ ਦੇ ਰਾਹ ਦੇ ਵਿੱਚ ਬਣਿਆ ਹੋਇਆ ਉਹ ਹੋਰ ਕੋਈ ਨਹੀਂ ਸਗੋਂ ਕਿਸਾਨ ਨੇ। ਕਿਸਾਨ ਜਿਹੜੇ ਭਾਜਪਾ ਨੂੰ ਪਸਰਨ ਨਹੀਂ ਦੇ ਰਹੇ, ਉਸੇ ਵਾਸਤੇ ਭਾਜਪਾ 605 ਵਿੱਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਚੁੱਕੇ ਨੇ ਔਰ ਕਿਸਾਨਾਂ ਨੇ ਵੀ ਆਪਣਾ ਪ੍ਰੋਗਰਾਮ ਮਿੱਥਿਆ ਹੋਇਆ, ਜਦਕਿ ਦੂਜੇ ਪਾਸੇ ਭਾਜਪਾ ਦੇ ਸੀਨੀਅਰ ਲੀਡਰ ਜਿਹੜੇ ਨੇ ਉਹ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ਨੂੰ ਨਿੰਦਦੇ ਨਜ਼ਰ ਆ ਰਹੇ ਨੇ। ਆਖਿਰਕਾਰ ਸੁਨੀਲ ਜਾਖੜ ਹੁਣ ਕੀ ਬੋਲੇ ਨੇ ਰਵਨੀਤ ਬਿੱਟੂ ਤੋਂ ਬਾਅਦ, ਆਓ ਸੁਣਦੇ ਹਾਂ। ਮੈਂ ਸਮਝਦਾ ਫਿਰ ਐਂ ਕਰੋ, ਫਿਰ ਲੋਕਤਾਂਤਰਿਕ ਤਰੀਕੇ ਵਾਲੀ ਗੱਲ ਤੁਸੀਂ ਬੰਦ ਕਰ ਦਿਓ। ਫਿਰ ਤਾਂ ਕੱਲ੍ਹ ਤੁਸੀਂ ਕਹਿ ਦਿਓਗੇ ਵੀ ਅਸੀਂ ਵੋਟ ਪਾਣੀ ਨਹੀਂ ਜਾਣ ਦਿੰਦੇ। ਸਰਕਾਰਾਂ ਅਤੇ ਦੋਨੋਂ ਗੱਲਾਂ ਜਿਹੜਾ ਤੁਸੀਂ ਇੱਕ ਪਾਸੇ ਕਹਿੰਦੇ ਹੋ ਸਾਡੇ ਲੋਕਤਾਂਤਰਿਕ ਅਧਿਕਾਰ ਹੈ, ਦੂਜੇ ਪਾਸੇ ਲੋਕਤਾਂਤਰਿਕ ਦਾ ਤਿਉਹਾਰ ਸਭ ਤੋਂ ਵੱਡਾ ਵੀ ਵੋਟ ਪਾ ਕੇ ਸਰਕਾਰ ਬਦਲੋ, ਆਪਣੀ ਸਰਕਾਰ ਬਣਾਓ। ਉੱਥੇ ਤਾਂ ਖੁੱਲ੍ਹ ਕੇ ਮੈਂ ਦੇਖਿਆ ਕੱਲ੍ਹ ਉੱਥੇ ਜਲੰਧਰ ਦੇ ਅੰਦਰ ਤਾਂ ਕਾਂਗਰਸ ਦੇ ਨਾਰੇ ਲਾਈ ਜਾਂਦੇ, ਪਰ ਕਰੋ ਕਾਂਗਰਸ ਦੀ ਰੈਲੀ 'ਚ ਚੜ੍ਹ ਜਾਓ, ਕਾਂਗਰਸ ਦੀ ਸਟੇਜ 'ਚ ਚੜ੍ਹ ਕੇ ਲਾਓ। ਜੇ ਕਾਂਗਰਸ ਪਾਰਟੀ, ਮੈਂ ਕਾਂਗਰਸ ਪਾਰਟੀ 'ਚ 50 ਸਾਲ ਰਿਹਾ, ਮੈਂ ਬਰਾਬਰ ਦਾ ਉਸ ਜੁਰਮ ਦਾ ਭਾਗੀਦਾਰੀ ਹਾਂ ਵੀ ਕਦੋਂ ਆਈ ਸੀ ਸਵਾਮੀਨਾਥਨ ਰਿਪੋਰਟ। ਫਿਰ ਜੇ ਅਜੇ ਫਿਰ ਝਾਕ ਕਰਦੇ ਹੋ, ਬੰਦਾ ਇੱਕ ਵਾਰੀ ਠੁੱਡਾ ਖਾ ਕੇ ਡਿੱਗ ਜੇ, ਲੋਕ ਕਹਿੰਦੇ ਅਣਗਹਿਲੀ ਹੋ ਗਈ। ਦੂਜੀ ਵਾਰੀ ਉੱਥੇ ਜਾ ਕੇ ਫਿਰ ਠੁੱਡਾ ਖਾ ਕੇ ਫਿਰ ਲੋਕ ਸਮਝਦਾਰੀ 'ਤੇ ਸਵਾਲ ਉਠਾਉਣਗੇ ਵੀ ਆਹ ਕਿਹੜੀ ਸਮਝਦਾਰੀ, ਕਮਲਾ ਹੋਇਆ ਜਾ ਕੇ ਉੱਥੇ ਜਾ ਕੇ ਫਿਰ ਕੁਝ ਛਾਲ ਮਾਰੀ ਹੈ। ਉਹਨਾਂ ਤੋਂ ਕੁਛ ਨਹੀਂ ਦੇਖੋ, ਮੈਂ ਇਸ ਕਰਕੇ ਨਹੀਂ ਕਹਿ ਰਿਹਾ ਮੈਂ BJP 'ਚ ਬੈਠਾ, ਇਹ ਸਾਰੇ ਲੋਕਾਂ ਨੂੰ ਪਰਤ ਕੇ ਦੇਖ ਲਿਆ ਇਹਨਾਂ ਨੇ। ਆਹ ਨਾ ਤਾਂ ਆਹ ਜਿਹੜੀ ਆਮ ਆਦਮੀ ਪਾਰਟੀ ਹੈ ਜਿਹੜੇ ਕਹਿੰਦੇ 20,000 ਦਿਆਂਗੇ, ਅਤੇ ਨਾ ਹੀ ਕਾਂਗਰਸ ਪਾਰਟੀ ਨੇ 13 ਕਹਿੰਦੇ ਆ ਵੀ ਕਰਜ਼ਾ ਮਾਫ਼ ਕੀਤਾ ਸੀ ਜੀ, 70,000 ਦਾ ਕੀਤਾ ਸੀ। ਆਹ ਜਿਹੜਾ ਹੁਣ 10 ਕਰੋੜ ਕਿਸਾਨਾਂ ਦਾ ਕਰਜ਼ਾ ਮਾਫ਼ ਜਿਹੜਾ ਆ ਰਿਹਾ, 6,000 ਰੁਪਈਏ ਸਾਲਾਨਾ 10 ਕਰੋੜ ਕਿਸਾਨਾਂ ਨੂੰ ਆ ਰਿਹਾ ਸਾਹਿਬ, 60,000 ਕਰੋੜ ਹਰ ਸਾਲ ਮਾਫ਼ ਕਰਜ਼ੇ 'ਚ ਕਰ ਲਓ ਜਾਂ ਆਮਦਨ 'ਚ ਕਰ ਲਓ, 60,000 ਕਰੋੜ ਰੁਪਈਆ ਕਿਸਾਨਾਂ ਦੇ ਖਾਤਿਆਂ 'ਚ ਡਾਇਰੈਕਟ ਆ ਰਿਹਾ, ਉਹਨੂੰ ਕੀ ਕਹੋਗੇ? ਪਰ ਮੈਂ ਨਾ ਮੰਨੂ, ਲੀਡਰਾਂ ਨੇ ਆਪਣੀ ਦੁਕਾਨ ਚਲਾਉਣ ਵਾਸਤੇ, ਆਪਣੀ ਲੀਡਰੀ ਚਮਕਾਉਣ ਵਾਸਤੇ ਕਿਸਾਨਾਂ ਨੂੰ ਗੁੰਮਰਾਹ ਨਾ ਕਰਨ, ਕਿਸਾਨਾਂ ਨੂੰ ਬਦਨਾਮ ਨਾ ਕਰਨ। ਮੇਰੀ ਇੰਨੀ ਅਪੀਲ ਹੈ, ਤੁਸੀਂ ਰਾਜਨੀਤਿਕ ਵਿਰੋਧ ਕਰਨਾ ਚੜ੍ਹੋ, ਕਿਸੇ ਪਾਰਟੀ ਨਾਲ ਚੜ੍ਹ ਜਾਓ, ਭਗਵੰਤ ਮਾਨ ਨਾਲ ਚੜ੍ਹ ਜਾਓ। ਉਹ ਕਾਂਗਰਸ ਦਾ ਤਾਂ ਕੋਈ ਲੀਡਰ ਨਹੀਂ ਪਤਾ ਕਿਹੜਾ ਲੀਡਰ ਹੈ। ਸੋਰੀ,
ਆਮਦਨ ਵਧਾਉਣ ਦੀ ਲੋੜ ਹੈ, ਮੈਂ ਸਭ ਤੋਂ ਪਹਿਲਾਂ ਕਹਿ ਰਿਹਾ, ਪਰ ਵਧਾਊਗਾ ਕੌਣ? ਉਹਦਾ ਫੈਸਲਾ ਕਿਸਾਨ ਬੈਠ ਕੇ ਕਰਨ, ਲੀਡਰਾਂ ਦੇ ਨਾਂ ਛੱਡਣ। ਜਿਹੜੇ ਸੁੱਤੇ ਰਹਿ ਜਾਣਗੇ ਉਹ ਤਾਂ ਫਿਰ ਉਹਨਾਂ ਦੇ ਘਰੇ ਕੱਟੇ ਜੰਮਦੇ ਆ ਸਾਹਿਬ। ਆਪਣੀ ਬਾਗਡੋਰ ਲੀਡਰਾਂ ਨੂੰ ਜਿਹੜੇ ਆਪਣੀ ਲੀਡਰੀ ਚਮਕਾ ਰਹੇ ਆ ਉਹਨਾਂ ਦੇ ਹੱਥ ਨਾ ਫੜਾਓ। ਕਿਸਾਨ ਆਪਣਾ ਚੰਗਾ ਮਾੜਾ ਦੇਖ ਕੇ ਫੈਸਲਾ ਲੈਣ। ਨਜ਼ਰੀਆ ਸਾਹਿਬ ਵੀ ਜਿਹੜੇ ਇੱਕ ਮਿੰਟ ਸਾਹਿਬ, ਜਿਹੜੇ ਤੁਸੀਂ ਕਹਿ ਰਹੇ ਹੋ ਵੀ ਇੱਥੇ ਉਹ ਕਹਿੰਦੇ ਰਸਤਾ ਰੋਕਾਂਗੇ, ਪਿਛਲੀ ਵਾਰੀ ਰੋਕਿਆ ਸੀਗਾ, ਹੋਰ ਤਾਂ ਕਿਸੇ ਨੂੰ ਪਤਾ ਨਹੀਂ। ਮੈਂ ਉਸ ਇਲਾਕੇ ਤੁਹਾਨੂੰ ਫਿਰੋਜ਼ਪੁਰ ਜਾਣਾ ਸੀ, ਸਾਡਾ ਮਾਲਵੇ ਦਾ ਇਲਾਕਾ ਐਨ ਚੁੰਡ 'ਚ ਬੈਠੇ ਹਾਂ ਅਸੀਂ, ਉੱਥੇ ਜੇ ਰੋਕਿਆ ਸੀਗਾ ਤੇ PGI ਸੈਟੇਲਾਈਟ ਸੈਂਟਰ ਜਿਹੜਾ ਬਣਨਾ ਸੀਗਾ ਅੱਜ 2.5 ਸਾਲ ਲੇਟ ਹੋ ਗਿਆ। ਉਹਦਾ ਖੱਟਿਆ ਪੰਜਾਬ ਨੇ, ਬਣ ਰਿਹਾ, ਕੋਈ ਐਡੀ ਛੋਟੀ ਸੋਚ ਨਹੀਂ। ਮੈਨੂੰ ਰੋਕਿਆ ਸੀ ਤੇ ਮੈਂ ਉੱਥੇ ਬਣ ਨਹੀਂ ਦੇਣਾ, ਪਰ ਉਸ ਸਾਰੇ ਰੋਕਣ ਰਕਾਣ ਦੇ ਵਿਚਾਲੇ 2.5 ਸਾਲ ਲੇਟ ਹੋ ਗਿਆ। ਹੁਣ ਤਾਂ ਹੀ ਬਣ ਕੇ ਉੱਥੇ ਲੋਕਾਂ ਨੂੰ ਉਹਦੀ ਜਿਹੜੀ ਹੈ ਮੈਡੀਕਲ ਹੈਲਪ ਮਿਲਣੀ ਸੀਗੀ, ਤੇ ਉਹ ਜਿਹੜੇ ਹੈ 6-6 ਮਹੀਨੇ ਕਰਕੇ ਮੁੱਖ ਮੰਤਰੀ ਉਹ ਤੁਰ ਗਏ, ਆਪਦਾ ਬਣ ਗਏ ਸੀ ਰਾਮ ਰੋਲੇ 'ਚ ਜੀ। ਅਸੀਂ ਪ੍ਰਧਾਨ ਮੰਤਰੀ ਨੂੰ ਰੋਕ ਲਿਆ, ਪ੍ਰਧਾਨ ਮੰਤਰੀ ਨੂੰ ਨਹੀਂ ਰੋਕਿਆ ਸਾਹਿਬ, PGI ਨੂੰ ਰੋਕਤਾ ਉਹਨਾਂ ਨੇ। ਇੱਕ ਪਾਸੇ ਚੀਕਾਂ ਮਾਰਦੇ ਆ ਸਾਨੂੰ ਮੈਡੀਕਲ ਫੈਸਿਲਿਟੀ ਚਾਹੀਦੀਆਂ, PGI ਕਰਿਆ ਹੀ ਜਾਂਦਾ ਸੀ, 2.5 ਸਾਲ ਡਿਲੇ ਕਰਾ ਲਿਆ। ਇਸ ਕਰਕੇ ਬਹਿਕਾਵੇ 'ਚ ਨਾ ਆਣ ਸਾਹਿਬ, ਆਪਣਾ ਫੈਸਲਾ ਆਪ ਲਓ, ਭੇਡਾਂ ਨਾ ਬਣੀਏ ਆਪਾਂ। ਮੇਰੀ ਇੰਨੀ ਬੇਨਤੀ ਹੈ ਵੀ ਕਿਸਾਨ ਆ, ਦਿਮਾਗ ਦਾ ਵੀ ਇਸਤੇਮਾਲ ਕਰੀਏ, ਇਕੱਲੇ ਖੂਨ ਪਸੀਨੇ ਨਾਲ ਨਹੀਂ, ਮਾੜਾ ਮੋਟਾ ਇਸਤੇਮਾਲ ਕਰਕੇ ਵੀ ਆਪਾਂ ਨੂੰ ਵਰਤੀ ਜਾਂਦੇ ਲੋਕ, ਆਪਣਾ ਫੈਸਲਾ ਆਪ ਲਓ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।